बिग बॉस 18 ਆਉਣ ਲਈ ਤਿਆਰ ਹੈ ਤੇ ਉਸ ਦੇ ਕੰਟੈਸਟੈਂਟਸ ਦੇ ਚਰਚੇ ਵੀ ਹੁਣ ਸ਼ੁਰੂ ਹੋ ਗਏ ਨੇ ਤੇ ਕਿਹਾ ਜਾ ਰਿਹਾ ਕਿ ਇਸ ਵਾਰ ਦਾ ਜੋ ਥੀਮ ਹੈ ਉਹ ਟਾਈਮ ਟਰੈਵਲ ਹੋ ਸਕਦਾ ਹੈ ਤੇ ਜਿਹੜੇ ਬਹੁਤ ਆਈਕਨਿਕ ਕੰਟੈਸਟੈਂਟ ਰਹੇ ਨੇ ਉਹ ਬਿਗ ਬੌਸ ਦੇ ਵਿੱਚ ਕਰ ਸਕਦੇ ਨੇ ਵਾਪਸੀ। ਵੈਸੇ ਵੀ ਜਦ ਪੁਰਾਣੇ ਕੰਟੈਸਟੈਂਟ ਆਏ ਨੇ ਕੁਛ ਨਾ ਕੁਛ ਧਮਾਲ ਪਾ ਕੇ ਜਾਂਦੇ ਨੇ ਤੇ ਹੁਣ ਮੁਨੱਵਰ ਫਾਰੂਕੀ ਦੇ ਨਾਲ ਨਾਲ ਅਬਦੁਲ ਰੋਜ਼ਵਿਕ ਦਾ ਜੋ ਨਾਂ ਹੈ ਉਹ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ, ਲੇਕਿਨ ਹੁਣ ਕੁਝ ਹੋਰ ਨਾਂ ਵੀ ਨੇ ਜਿਨ੍ਹਾਂ ਦੀ ਹੋ ਰਹੀ ਹੈ ਚਰਚਾ ਜੋ ਬਿਗ ਬੌਸ ਦੇ ਵਿੱਚ ਵਾਪਸੀ ਕਰ ਸਕਦੇ ਨੇ। ਜੀ ਹਾਂ, ਕਿਹਾ ਜਾ ਰਿਹਾ ਕਿ ਮਨੀਸ਼ਾ ਰਾਣੀ ਵੀ ਬਿਗ ਬੌਸ ਦੇ ਵਿੱਚ ਵਾਪਸ ਆ ਸਕਦੀ ਹੈ। ਮਨੀਸ਼ਾ ਰਾਣੀ ਤੋਂ ਇਲਾਵਾ ਹੁਣ ਦੋ ਹੋਰ ਨਾਮ ਨੇ ਜੋ ਕਿ ਬਿਗ ਬੌਸ ਦੇ ਇਸ ਚਰਚੇ ਦੇ ਵਿੱਚ ਜੁੜਦੇ ਜਾ ਰਹੇ ਨੇ। ਟਾਈਮ ਟਰੈਵਲ ਦੇ ਵਿੱਚੋਂ ਆਸਿਮ ਰਿਆਜ਼ ਤੇ ਸ਼ਹਿਨਾਜ਼ ਗਿੱਲ ਨੂੰ ਵੀ ਵਾਪਸ ਬਿਗ ਬੌਸ ਦੇ ਘਰ ਦੇ ਵਿੱਚ ਲਿਆਇਆ ਜਾ ਸਕਦਾ ਹੈ। ਰਿਪੋਰਟਸ ਦੇ ਮੁਤਾਬਿਕ ਗੱਲਾਂ ਚੱਲ ਰਹੀਆਂ ਨੇ ਤੇ ਲਗਾਤਾਰ ਇਹ ਡਿਸੀਜਨ ਹੋ ਰਿਹਾ ਕੀ ਤੇ ਕਿਵੇਂ ਇਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ। ਫਿਲਹਾਲ ਹੁਣ ਟਾਈਮ ਟਰੈਵਲ ਦਾ ਥੀਮ ਹੀ ਹੋਏਗਾ ਜਾਂ ਫਿਰ ਕੁਝ ਹੋਰ ਹੋਏਗਾ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਪੁਰਾਣੇ ਕੰਟੈਸਟੈਂਟਸ ਨੂੰ ਇਸ ਵਾਰ ਵਾਪਸ ਲਿਆਇਆ ਜਾਏਗਾ, ਇਹ ਵੇਖਣਾ ਬੇਹੱਦ ਇੰਟਰਸਟਿੰਗ ਹੋਏਗਾ। ਕਿਉਂਕਿ ਬਿਗ ਬੌਸ ਜਦ ਵੀ ਆਉਂਦਾ ਨਾ ਤਾਂ ਲੜਾਈ ਕਰਕੇ ਜਾਂ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਜੋ ਹੈ ਉਹ ਚਰਚੇ ਬਟੋਰਦਾ ਹੈ ਤੇ ਨਾਲ ਦੀ ਨਾਲ ਲੋਕਾਂ ਨੂੰ ਫੁੱਲ ਔਨ ਐਂਟਰਟੇਨਮੈਂਟ ਦਿੰਦਾ ਹੈ। ਫਿਲਹਾਲ 18ਵੇਂ ਸੀਜ਼ਨ ਦਾ ਇੰਤਜ਼ਾਰ ਰਹੇਗਾ ਬੇਸਬਰੀ ਦੇ ਨਾਲ।